ਜਿਹੜੀਆਂ ਵੀ ਸਹੂਲਤਾਂ ਜਿੱਦਾਂ ਨਸ਼ਾ ਕਿਤੇ ਇਲਾਜ ਜਿਹੜਾ ਬਿਲਕੁਲ ਫ੍ਰੀ ਕਰਤਾ, ਪਹਿਲਾਂ ਸੀ 1500 ਰੁਪਈਆ ਇੱਕ ਦਾ, ਡਾਕਟਰ ਸਾਹਿਬ ਨੇ ਦੱਸਿਆ, ਹੁਣ ਬਿਲਕੁਲ ਉਸ ਚੀਜ਼ ਨੂੰ ਫ੍ਰੀ ਕਰਤਾ, ਜਦੋਂ ਮਰਜ਼ੀ ਕੋਈ ਉਹਦੀ ਮੈਡੀਸਨ ਲੈ ਸਕਦਾ ਬਗੈਰ ਵੇਚੇ। ਜੇ ਕੋਈ ਵੇਚਦਾ ਤੁਹਾਨੂੰ ਪਤਾ ਤੁਹਾਡੇ ਪਿੰਡਾਂ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਵੇਚੇ ਹੋਊਗੇ, ਬਾਕੀ ਵੀ ਦੱਸਿਆ ਸੀ ਵੀ ਜੇ ਤੁਹਾਨੂੰ ਇਹ ਡਰ ਲੱਗਦਾ ਵੀ ਪੁਲਿਸ ਨੂੰ ਦੱਸਾਂਗੇ ਅਤੇ ਸਾਡਾ ਨਾਂ ਬਾਹਰ ਆ ਜਾਊਗਾ, ਸਾਨੂੰ ਦੱਸ ਦਿਓ ਇਸ ਪਿੰਡਾਂ ਉਹਦਾ ਨੰਬਰ ਲੈ ਕੇ ਸਿੱਧਾ ਇਹਨਾਂ ਨੂੰ ਦੱਸੋ ਵੀ ਆਹ ਬੰਦਾ ਫਲਾਨਾ ਜਿਹੜਾ ਹੈ ਉਹ ਨਸ਼ਾ ਵੇਚਦਾ। ਔਰ ਇਹ ਨਹੀਂ ਵੀ ਕਿਸੇ ਨਾਲ ਲੱਗਦੀ ਹੈ ਅਤੇ ਆਪਾਂ ਕਹਿ ਦੇਣਾ ਵੀ ਨਸ਼ਾ ਵੇਚਦਾ, ਸਹੀ ਉਹ ਬੰਦਾ ਹੋਣਾ ਚਾਹੀਦਾ। ਅਤੇ ਆਪਾਂ ਇਹ ਕੋਡ ਜਿਹੜਾ ਨਾ ਗੁਰੂ ਨਾਨਕ ਸਾਹਿਬ ਦੀ ਧਰਤੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤਾ ਆ, ਔਰ ਇੱਥੇ ਹੀ ਮੈਂ ਸਮਝਦਾ ਸਭ ਤੋਂ ਪਹਿਲਾਂ ਆਪਾਂ ਇਹਦਾ ਐਂਡ ਕਰਨਾ। ਅਗਲੇ ਸਾਲ 550 ਸਾਲਾਂ ਮਨਾਉਣ ਜਾ ਰਹੇ ਹਾਂ ਆਪਾਂ ਗੁਰੂ ਨਾਨਕ ਦੇਵ ਜੀ ਦਾ, ਲੱਖਾਂ ਲੋਕ ਆਉਣੇ ਆ ਸਾਰੀ ਦੁਨੀਆ ਦੇ, ਉਹ ਇਸ ਧਰਤੀ 'ਤੇ ਆ ਕੇ ਮਹਿਸੂਸ ਕਰਨ ਵੀ ਇਹ ਧਰਤੀ ਜਿਹੜੀ ਹੈ ਚਿਹਰਿਆਂ ਤੋਂ ਆਪਣੇ ਪਤਾ ਲੱਗੇ ਵੀ ਇਹ ਪੰਜਾਬ ਆ, ਪੁਰਾਣਾ ਪੰਜਾਬ ਆ, ਜਿੱਥੇ ਲੋਕਾਂ ਦੇ ਚਿਹਰਿਆਂ 'ਤੇ ਉਹੀ ਰੌਣਕ ਆ, ਉਹੀ ਰਵਾਨਗੀ ਆ ਜਿਹੜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਹੁੰਦੀ ਹੁੰਦੀ ਸੀ। ਨਿੱਕੀਆਂ ਨਿੱਕੀਆਂ ਗੱਲਾਂ ਆ, ਪਾਣੀ ਜਿਹੜਾ ਆਪਾਂ ਵਾਟਰ ਪਾਣੀ ਦੀ ਗੱਲ ਕਰਦੇ ਹਾਂ, ਪਾਣੀ ਦਾ ਵੀ ਆਪਾਂ ਨੂੰ ਬਹੁਤ ਸਾਂਭ ਸੰਭਾਲ ਕਰਨੀ ਪੈਣੀ ਹੈ। 10-15 ਸਾਲ ਤੱਕ ਨਹੀਂ ਤਾਂ ਰਾਜਸਥਾਨ ਬਣ ਜਾਣਾ, ਇਹ ਵੀ ਅਪਣਾਏ ਗਏ। ਛੋਟੀਆਂ ਛੋਟੀਆਂ ਚੀਜ਼ਾਂ ਤੋਂ ਆਪਾਂ ਨੂੰ ਆਪਾਂ ਰੋਜ਼ ਗੱਲਾਂ ਕਰਦੇ ਨਹੀਂ ਤਾਂ ਇਸ ਬਾਰੇ, ਟਾਈਮ ਬਹੁਤ ਹੋ ਗਿਆ, ਮੈਂ ਜ਼ਿਆਦਾ ਟਾਈਮ ਲੈਣਾ ਨਹੀਂ ਗਾ। ਮੈਂ ਇੱਥੇ ਹੁਣ ਜਿੰਨੇ ਵੀ ਤੁਸੀਂ ਆਏ ਹਾਂ ਸਾਰੇ, ਆਪਣੇ ਆਪਣੇ ਪਿੰਡ ਦੇ ਵਿੱਚ ਤੁਸੀਂ ਆਪਣੇ ਆਸੇ ਪਾਸੇ ਹੀ ਖਿਆਲ ਰੱਖ ਲਓ ਇਸ ਚੀਜ਼ ਦਾ। ਔਰ ਬਹੁਤ ਮੈਂ ਸਮਝਦਾ ਤੇਜ਼ੀ ਨਾਲ ਇਹ ਹੁਣ ਨਸ਼ਿਆਂ ਦੇ ਵੱਲ ਧਿਆਨ ਜਿਹੜਾ ਹਟਾਉਣ ਵੱਲ ਲੋਕਾਂ ਦਾ ਹੋ ਗਿਆ, ਔਰ ਹਰ ਬੰਦਾ ਚਾਹੁੰਦਾ ਵੀ ਮੇਰਾ ਬੱਚਾ ਜਿਹੜਾ ਆ ਉਹ ਸਹੀ ਸਲਾਮਤ, ਉਹ ਪੜ੍ਹੇ ਲਿਖੇ, ਲੰਬੀ ਜ਼ਿੰਦਗੀ ਜੀਵੇ, ਔਰ ਸਾਡੇ ਬੁਢਾਪੇ ਦਾ ਸਹਾਰਾ ਹੋਵੇ। ਇਹ ਨਹੀਂ ਵੀ ਹਰ ਬੰਦਾ ਕੋਈ ਚਾਹੂਗਾ ਵੀ ਸਾਡਾ ਬੱਚਾ ਸਵੇਰ ਆ ਕੇ ਕਿਸੇ ਗਲੀ ਦੇ ਵਿੱਚ ਡਿੱਗਾ ਹੋਵੇ, ਕੋਈ ਚਾਹੂਗਾ? ਦੱਸੋ, ਜਿੱਦਾਂ ਜੀ ਸਾਹਿਬ ਨੇ ਸਮੁੱਖਾਂ ਵਿੱਚ ਝਾਂਕੀ ਜਿਹੜੀ ਲੱਗੀ ਨਾ ਜੰਗਲ ਦੇ ਵਿੱਚ, ਉਹ ਆਪਾਂ ਇਹ ਨਾ ਦੇਖੀਏ ਕਿ ਉਹ ਫਲਾਨੇ ਪਿੰਡ ਨਸ਼ਾ ਵਿਕਦਾ, ਉਹ ਫਲਾਨੇ ਦਾ ਮੁੰਡਾ ਨਸ਼ਾ ਕਰਦਾ, ਕਿ ਅਸੀਂ ਜਿਹੜਾ ਆਪਣਾ ਸਮਾਜ ਹੈ ਨਾ ਅਤੇ ਆਪਾਂ ਅੰਦਰ ਦੇ ਵੱਲ ਨਹੀਂ ਸਕਦੇ ਬੱਚਿਆਂ ਨੂੰ, ਅਤੇ ਆਪਣਾ ਸਮਾਜ ਜਿਹੜਾ ਸਹੀ ਨਹੀਂ ਕਰਨਾ ਸਾਰਿਆਂ ਨੇ, ਬੱਚਿਆਂ ਨੇ ਸਕੂਲ ਵਾਲੇ ਜਾਣਾ ਅਤੇ ਅੱਗੇ ਦੇ ਵੀ ਨਾ ਸਾਰਿਆਂ ਨੇ ਧਰਮ ਕਰਨਾ। ਆਪਾਂ ਉਹ ਆਪਣੀ ਜਿਹੜੀਆਂ ਸਾਰਿਆਂ ਨੇ ਭਜਾਉਣ ਦੀ ਜਿਹੜੀ ਕੋਸ਼ਿਸ਼ ਕਰਦਾ ਹੈ ਔਰ ਕਰਨੀ ਹੈ, ਜਿੱਥੋਂ ਆਪਾਂ ਆਪਣਾ ਜਿਹੜੇ ਆਉਣ ਵਾਲਾ ਪੀੜ੍ਹੀ ਜਿਹੜੀ ਉਹ ਬਚਾ ਲਈਏ, ਔਰ ਪੰਜਾਬ ਨਵੇਂ ਦੀ ਜਿਹੜੀ ਸਿਰਜਣਾ ਮੈਂ ਸਮਝਦਾ ਉਹ ਕਰੀਏ। ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ, ਤੁਸੀਂ ਆਏ ਅਤੇ ਇਸ ਫੰਕਸ਼ਨ ਦੇ ਵਿੱਚ ਯੂਥ ਦਾ ਸੀਗਾ, ਯੂਥ ਦਾ ਇੱਕ ਵਾਰੀ ਆ ਕੇ ਹੌਲੀ ਹੌਲੀ ਯੂਥ ਛੇਤੀ ਬਹਿੰਦਾ ਘੱਟ ਆ, ਕਦੀ ਆ ਗਿਆ ਕਦੀ ਚਲੇ ਗਿਆ, ਔਰ ਬਾਕੀ ਤੁਸੀਂ ਜਿਹੜੇ ਸਾਡੇ ਸੀਨੀਅਰ ਵੀ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਡੀ ਸੀ ਸਾਹਿਬ ਦਾ ਜਿਹਨਾਂ ਨੇ ਟਾਈਮ ਕੱਢਿਆ, 15 ਅਗਸਤ ਦੀ ਆਜ਼ਾਦੀ, 72ਵੀਂ ਆਜ਼ਾਦੀ ਦਿਵਸ ਆਪਾਂ ਮਨਾ ਰਹੇ ਹਾਂ, ਇਹਦੀ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਔਰ SSP ਸਾਹਿਬ ਨੂੰ ਵੀ ਬਹੁਤ ਬਹੁਤ ਵਧਾਈ ਜਿਹਨਾਂ ਨੂੰ ਇਹ ਮੈਡਲ ਮਿਲਿਆ, ਔਰ ਬੜੀ ਵੱਡੀ ਗੱਲ ਹੁੰਦੀ ਹੈ ਪੰਜਾਬ 'ਚ ਮੇਰੇ ਖਿਆਲ 2 ਮੈਡਲ ਮਿਲੇ ਆ। ਮੈਂ ਸਰਦਾਰ ਜਗਿੰਦਰ ਸਿੰਘ ਜੀ ਮਾਨ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਆ, ਉਹਨਾਂ ਦਾ ਵੀ, ਉਹਨਾਂ ਦੀ ਸਾਰੀ ਟੀਮ, ਰਾਜੂ ਜੀ, ਮਾਲੀਆ ਜੀ, ਮਈਆ ਜੀ, ਮੇਟ ਬੜੀ ਮਿਲਕਾ ਵਿੱਚ ਖੜੇ ਨੇ, ਮੈਂ ਸਾਰੇ ਸਾਡੇ SDF ਸਾਹਿਬ, DSP ਸਾਹਿਬ, ਸੀਤਾ ਸਾਹਿਬ, BDO ਸਾਹਿਬ, ਸਾਰੇ ਅਫਸਰ ਸਾਹਿਬਾਨ, ਸਾਰੇ ਸਾਥੀਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ। ਔਰ ਇਹ ਗੱਲ ਜ਼ਰੂਰ ਯਾਦ ਰੱਖਿਓ, ਪੰਚਾਇਤਾਂ ਨਵੀਆਂ ਬਣਦੀਆਂ, 26 ਜਨਵਰੀ 'ਤੇ ਜਿਹੜੀ ਪੰਚਾਇਤ ਨਸ਼ਾ ਮੁਕਤ ਕਰਕੇ ਪਿੰਡ ਦਊਗੀ ਉਹਨੂੰ ਗ੍ਰਾਂਟ ਜਿਹੜੀ ਹੈ 5 ਲੱਖ ਮਿਲੂਗੀ। ਬਹੁਤ ਬਹੁਤ ਧੰਨਵਾਦ, ਜੈ ਹਿੰਦ।